ਸੱਪ ਸੁੱਪ ਦਾ ਨਜ਼ਰ ਮਾਰ ਰਿਹਾ ਵੀ ਕਿਤੇ ਦਿਸ ਜਾ ਮੈਂ ਸ਼ਾਮ ਹੋ ਗਈ ਹੁਣ ਤਾਂ ਮੈਂ ਘਰਾਂ ਨੂੰ ਮੁੜੀ ਜਾਂਦਾ ਤੇ ਦੇਖੋ ਸ਼ਾਇਦ ਕਿਤੇ ਮਿਲ ਜਾਏ ਸਹੀ 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 ਭਾਈ ਦੀ ਕਾਲ ਆਈ ਸੀ ਜ਼ਮੀਨ ਵਾਲੇ ਦੀ ਤੇ ਮੈਨੂੰ ਜਿਹੜਾ ਨਾ ਉਹਨਾਂ ਨੇ ਕਿਹਾ ਸੀ ਇੱਥੇ ਦੇਖੀ ਵੀ ਅਸੀਂ ਕਿਤੇ 12 ਵਜੇ ਸੱਪ ਵੇਖਿਆ ਇੱਥੇ ਤੇ ਫਿਰ ਮੈਂ ਮੁੜਦੇ ਵਾਰੀ ਮੈਂ ਚੱਕਰ ਮਾਰਿਆ ਵੀ ਮੈਂ ਕਿਹਾ ਸ਼ਾਇਦ ਦੇਖੋ ਸ਼ਾਇਦ ਕਿਤੇ ਦਿਸ ਜਾਏ ਸਹੀ 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 शाम को वैसे शाम मिल सकते हैं दोपहर को फिर दे अंदर साहब अच्छा? खुद में नहीं वड़दे कई खाना खाने के लिए फिर दे बिचुआ डड्डी मिल जाए पेट भरूं ते कई जड़े हैगे आ वो वैसे शिकार ते निकले अंदर अच्छा अच्छा सही है ते देखो तो इस गंदम में भी हो सकता है गंदम में तो बाहर आ जाते हैं घबराहट पै रहे हैं ना इधर कोई सुराख एक आ खुद डगी यार ऐसी कोई नहीं खुद की शक्ति नहीं दिस रही कोई आ खुरा तो इंजन लगा है 12 अच्छा। बजे दा है ऐन हुआ है आ स्कूटर वाले पाई खड़ोते रहे अच्छा सही ऐसी देख ले उधरों ऐन आया ही नहीं हां ऐन खुरा आया था ऐ साल नाल देख ले ओ वेख जांदा है अखां चिट्टियां जोगी एदियां ਇਹ ਯਾਰ ਕੁੰਜ ਕੁੰਜ ਲਾਉਣ ਤੇ ਆਇਆ ਨਾ ਅੱਜ ਕੱਲ ਕਈ ਬਾਜੇ ਸਭ ਬਹੁਤ ਜ਼ਿਆਦਾ ਕੁੰਜ ਲਾਉਣ ਤੇ ਇਹਨੂੰ ਮੈਂ ਖੁੱਲੀ ਸੜਕ ਤੇ ਜਾ ਫੜਾਂ ਇੱਥੇ ਨਹੀਂ ਪੜਨਾ ਜਗ੍ਹਾ ਨੀਵੀਂ ਉੱਚੀ ਅੱਛਾ ਹੱਥ ਥੁੱਕ ਵੀ ਸਕਦਾ ਹੱਥ ਥੁੱਕ ਓਏ ਬਾਹਰ ਤੇ ਇੱਥੇ ਕਰਨੀ ਸ਼ੁਰੂ ਕਰ ਦਿੱਤੀ ਅੱਛਾ ਹੱਥ ਥੁੱਕ ਕਿਆ ਤਾਂ ਫਿਰ ਕੰਮ ਖਰਾਬ ਵੀ ਅੱਛਾ ਖਤਰਾ ਹੋ ਸਕਦਾ ਤੁਹਾਨੂੰ ਪੱਧਰ ਥਾਂ ਤੇ ਪੜੀਦਾ ਸਹੀ 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 ਪਿੱਛੇ ਖਾ ਲੈਗਾ ਤੁਸੀਂ ਧਿਆਨ ਨਾਲ ਜ਼ਰਾ ਯਾਨੀ ਕਿ ਐਵੇਂ ਲੈ ਕੇ ਉਹਨਾਂ ਥੱਲੋਂ ਪੂਛ ਤੋਂ ਨਹੀਂ ਫੜਨਾ ਇਹਨੂੰ ਨਹੀਂ ਉੱਥੇ ਚੱਲ ਫੜਾਂਗਾ ਅੱਛਾ ਕਰਕੇ ਆ ਮੇਰੇ ਨਾਲ ਕੀ ਦੁਸ਼ਮਣ ਆਈ ਉੱਠ ਓ ਬੱਚਤ ਕਰ ਬਈ ਇੱਥੇ ਫੜਾਂ ਸਹੀ 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 ਬੜਾ ਜ਼ਾਲਮ ਆ ਜੋਗੀ ਹਾਂ ਯਾਰ ਇਹਦੀਆਂ ਅੱਖਾਂ ਵੀ ਚਿੱਟੀਆਂ ਜੀਆਂ ਜੋਗੀ ਹਨਾ ਇਹ ਕੁੰਜ ਤੇ ਆਇਆ ਕਣਕ ਨੂੰ ਕਿੱਧਰ ਵੜਦਾ ਇਹ ਕਣਕ ਹਲ ਵੜਦਾ ਹੈ ਨਾ ਹੁਣ ਨਹੀਂ ਖੜਾ ਹੁਣ ਅੱਛਾ ਬਸ ਸਹੀ ਹੈ ਇਹਦੀ ਆਕੜ ਖਤਮ ਹੋ ਗਈ ਹੱਥ ਪੈ ਗਿਆ ਪਕੜ ਲਈਏ ਜੀ ਹਾਂ ਪਕੜ ਲਈਏ ਅਬ ਇਸਕੋ ਪੈਕ ਕਰਨਾ ਹੈ ਪੈਕ ਕਰਨੇ ਕਾ ਉਤੋਂ ਆ ਗਿਆ ਨਾ ਦਿਨ ਗਰੂਫ ਹੋ ਗਿਆ ਸ਼ਾਮ ਕੋ ਤਾਂ ਹਰ ਸ਼ੈ ਨੂੰ ਅੱਲਾ ਤਾਲਾ ਅਰਮਾਨ ਦੇ ਸਕਦਾ ਅੱਛਾ ਤੇ ਇਸ ਨੂੰ ਵੀ ਸ਼ਾਮ ਸੇ ਮੈਂ ਲੈ ਜਾਊਂਗਾ ਘਰ ਚ ਸਹੀ 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 ਤੋ ਇਸ ਕੀ ਉਮਰ ਬਤਾ ਸਕਦੇ ਕਿਤਨੀ ਉਮਰ ਹੋਣੀ ਹੈ ਕਿ ਤਕਰੀਬਨ 4.5 ਸਾਲ ਦਾ ਸੱਪ ਹੈ 4.5 ਸਾਲ ਦਾ ਫੁੱਲ ਕਾਲਾ ਇਟੋਂ ਤੋਂ ਕਾਲਾ ਨਹੀਂ ਪਹਿਲੋਂ ਸਫੈਦ ਸਫੈਦ ਵੀ ਹੈ ਇਸ ਤਰ੍ਹਾਂ ਖੇਲ ਮੇ ਵੀ ਕੈਸੇ ਹੋ ਸਕਦਾ ਸ਼ਾਮ ਜੋਗੀ ਖੇਲ ਮੇ ਆ ਜਾਂਦਾ ਹੈ ਨਾ ਜੰਗਲ ਜੁੰਗਲ ਮੇ ਤੁਰਦੇ ਫਿਰਦੇ ਪਾਣੀਆਂ ਦੇ ਵਿੱਚੋਂ ਰੁੜ ਸੜ ਕੇ ਜਿਹੜੇ ਸਰਦੀਆਂ ਦੇ ਸੱਪ ਸੀ ਇਹ ਤੂੜੀਆਂ ਸੂੜੀਆਂ ਕੁੱਪਾਂ 'ਚ ਇਹ ਨਿਕਲਦੇ ਨੇ ਪੌਣ ਘਬਰਾਟ ਆਉਂਦਾ ਤੇ ਬਾਹਰ ਆ ਜਾਂਦੇ ਅੱਛਾ ਹਾਂਜੀ ਚਲੋ ਠੀਕ ਹੈ ਫਿਰ ਚਲਦੇ ਹਾਂ ਓਕੇ ਚਲੋ ਜੀ ਓਕੇ